ਫਿਲਮਾਂ ਦਾ ਕਾਰੋਬਾਰ ਇਸ ਵੇਲੇ ਸਿੱਖਣਾ ਤੇ ਹੈ। ਆਏ ਦਿਨ ਫਿਲਮ ਜਗਤ 'ਚ ਨਵੇਂ ਨਵੇਂ ਵਿਸ਼ਿਆਂ 'ਤੇ ਫਿਲਮਾਂ ਬਣਾ ਕੇ ਕੀਰਤੀਮਾਨ ਸਥਾਪਿਤ ਕੀਤੇ ਜਾ ਰਹੇ ਹਨ। ਸਿਨੇਮਾ ਇਤਿਹਾਸ 'ਚ ਫਿਲਮ ਤਾਂ ਬਲੈਕ ਪ੍ਰਿੰਸ ਦਾ ਜ਼ਿਕਰ ਹਮੇਸ਼ਾ ਮਾਣ ਨਾਲ ਕੀਤਾ ਜਾਵੇਗਾ। ਇਸ ਫਿਲਮ ਦੇ ਨਿਰਦੇਸ਼ਕ ਕਵੀ ਰਾਜ ਇੱਕ ਵਾਰ ਫਿਰ ਆਪਣੀ ਆਗਾਮੀ ਫਿਲਮ ਬੇਅਰਫੁੱਟ ਵਾਰੀਅਰਸ ਨੂੰ ਲੈ ਕੇ ਚਰਚਾ ਵਿੱਚ ਹਨ। ਬੀਤੇ ਦਿਨ ਉਹਨਾਂ ਵੱਲੋਂ ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਅਤੇ ਦੱਸਿਆ ਕਿ ਉਹ ਆਪਣੀ ਨਵੀਂ ਹਾਲੀਵੁੱਡ ਫਿਲਮ ਬੇਅਰਫੁੱਟ ਵਾਰੀਅਰਸ ਦਾ ਸ਼ੂਟ ਜਲਦ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫਿਲਮ 1950 ਵੇਲੇ ਦੇ ਉਹਨਾਂ ਭਾਰਤੀ ਫੁੱਟਬਾਲ ਖਿਡਾਰੀਆਂ 'ਤੇ ਆਧਾਰਿਤ ਹੈ ਜੋ ਨੰਗੇ ਪੈਰੀ ਮੈਦਾਨ ਵਿੱਚ ਖੇਡਦੇ ਸਨ ਅਤੇ ਵਿਸ਼ਵ ਕੱਪ ਵਿੱਚ ਪਹੁੰਚੇ ਸੀ। This film is inspired by that event, that match of 1948. It's a contemporary story set in a small Punjab village of today. ਇਸ ਫਿਲਮ 'ਚ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ, ਮੁਕੁਲ ਦੇਵ, ਦ੍ਰਿਸ਼ਟੀ ਗਰੇਵਾਲ ਤੋਂ ਇਲਾਵਾ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਰਾਜਪਾਲ ਯਾਦਵ ਅਤੇ ਹਾਲੀਵੁੱਡ ਦੇ ਨਾਮੀ ਅਦਾਕਾਰ ਸ਼ੌਨ ਫ੍ਰਿਸ ਅਹਿਮ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ। ਇਸ ਮੌਕੇ ਰਾਜਪਾਲ ਯਾਦਵ ਨੇ ਦੱਸਿਆ ਕਿ ਉਹਨਾਂ ਨੂੰ ਇਸ ਫਿਲਮ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਉਹ ਖੁਸ਼ ਹਨ ਕਿ ਕਵੀ ਰਾਜ ਹੋਰਾਂ ਨੇ ਉਹਨਾਂ ਨੂੰ ਇਸ ਫਿਲਮ ਲਈ ਚੁਣਿਆ। ਬੇਅਰਫੁੱਟ ਵਾਰੀਅਰਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਣ ਜਾ ਰਹੇ ਸ਼ੌਨ ਫ੍ਰਿਸ ਦਾ ਕਹਿਣਾ ਹੈ ਕਿ ਇਹ ਫਿਲਮ ਉਹਨਾਂ ਦੇ ਲਈ ਹੁਣ ਤੱਕ ਦਾ ਸਭ ਤੋਂ ਵੱਖਰਾ ਅਨੁਭਵ ਰਹੇਗਾ ਕਿਉਂਕਿ ਉਹ ਪਹਿਲੀ ਵਾਰ ਭਾਰਤ ਪੰਜਾਬ ਵਿੱਚ ਸ਼ੂਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਵੀ ਕਵੀ ਰਾਜ ਦੁਆਰਾ ਹੀ ਲਿਖੀ ਗਈ ਹੈ। ਇਹ ਫਿਲਮ ਮਿਨਹਾਸ ਫਿਲਮ ਲਿਮਿਟਿਡ ਕੰਪਨੀ ਦੇ ਬੈਨਰ ਹੇਠ ਜਤਿੰਦਰ ਜੇ ਮਿਨਹਾਸ ਦੁਆਰਾ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਫਿਲਮ ਟੀਮ ਦੀ ਹਾਜ਼ਰੀ ਦੇ ਵਿੱਚ ਫਿਲਮ ਦਾ ਪਹਿਲਾ ਪੋਸਟਰ ਵੀ ਮੀਡੀਆ ਦੇ ਸਾਹਮਣੇ ਰੂਬਰੂ ਕੀਤਾ ਗਿਆ।